ਦੇਖੋ ਸੜਕਾਂ ਤੇ ਕਿੰਨੀ ਰੌਣਕ, ਵਾਹ ਬਈ ਵਾਹ, ਹੁੰਦੀ ਆ ਇਹ ਤਾਂ ਰੌਣਕ। ਲੋਕ ਆਪੋ ਆਪਦੇ ਕੰਮਾਂ ਕਾਰਾਂ ਤੇ ਜਾ ਚੁੱਕੇ ਆ, ਇੱਧਰ ਆ ਗਿਆ ਲਾਂਡਰੀ ਕੱਪੜੇ ਧੋਣ ਵਾਲੀ ਆ, ਕੁਛ ਹੋਰ ਵੀ ਸ਼ੋਪਸ ਹੈਗੀਆਂ ਨੇ। ਆਹ ਟੀ ਪੁਆਇੰਟ ਬੱਸ ਸਟੈਂਡ ਆ, ਇੱਥੋਂ ਦਾ ਬੱਸ ਉਹ ਬੈਂਚ ਲੱਗਿਆ ਹੋਇਆ। ਇੱਕ ਆਹ ਬੱਸ ਸਟੋਪ ਆ ਗਿਆ, ਥੋੜ੍ਹੀ ਥੋੜ੍ਹੀ ਬੈਠੇ ਤੇ ਹੀ ਬੱਸ ਸਟੋਪ ਆਉਂਦੇ ਆ, ਇੱਥੇ ਆ ਬੈਠਣ ਵਾਸਤੇ ਬਣਿਆ ਹੋਇਆ। ਜਿਨ੍ਹਾਂ ਨੇ ਬੱਸ ਦੀ ਇੰਤਜ਼ਾਰ ਕਰਨੀ ਹੈ ਉਹ ਇੱਥੇ ਬੈਠ ਸਕਦੇ ਆ। ਆਹ ਸੋਫੇ ਪਏ ਆ, ਜਿਹਨੇ ਜ਼ਰੂਰਤ ਲੈ ਜਾਂਦੇ ਨੇ ਲੋਕਾਂ ਕੋਲ, ਇਹਨਾਂ ਕੋਲ ਵਾਧੂ ਫਾਲਤੂ ਹੁੰਦੀ ਹੈ ਸਮਾਨ, ਉਹ ਘਰੋਂ ਬਾਹਰ ਕੱਢ ਕੇ ਰੱਖ ਦਿੰਦੇ ਨੇ ਫ੍ਰੀ 'ਚ। ਆਹ ਸ਼ਾਇਦ ਪੱਖੇ ਲੱਗ ਗਈ, ਜਿਹਨੂੰ ਉੱਥੇ ਪੈ ਜਿਹਨੂੰ ਲੋੜ ਹੋਈ ਲੈ ਜੂ, LCD TV ਪਿਆ ਜਿਹਨੂੰ ਲੋੜ ਹੋਈ ਲੈ ਜੂ। ਆਏ ਆ ਕੇ ਇੱਥੇ ਕਬਾੜ ਖਾਣੇ ਨਹੀਂ ਹੈਗੇ, ਲੋਕ ਸਮਾਨ ਘਰੋਂ ਬਾਹਰ ਕੱਢ ਕੇ ਐਵੇਂ ਰੱਖ ਦਿੰਦੇ ਨੇ ਅਤੇ ਆਪ ਨਵਾਂ ਲੈ ਲੈਂਦੇ ਨੇ, ਵੀ ਜਿਹਨੂੰ ਜ਼ਰੂਰਤ ਹੈ ਵੈਸੇ ਉਹ ਸਮਾਨ ਚੱਕ ਕੇ ਲੈ ਜਾਂਦਾ, ਜ਼ਰੂਰਤ ਅਨੁਸਾਰ ਕੱਢ ਲੈਂਦੇ ਆ। ਜੰਗਲ ਬਹੁਤ ਆ ਘਰਾਂ ਚ, ਜੰਗਲ ਜੰਗਲਾਂ ਚ ਘਰ ਕਹਿ ਸਕਦੇ ਤੁਸੀਂ। ਆਪਣੇ ਤਾਂ ਲੱਕੜ ਪਈ ਹੋਵੇ ਤਾਂ ਸਿਉਂਕ ਨੀ ਛੱਡਦੀ ਹੈਗੀ, ਪਰ ਪਬਲਿਕ ਜ਼ਿਆਦਾ ਹੋ ਗਈ। ਸਾਰੇ ਦੇਸ਼ਾਂ ਨੇ ਕੈਨੇਡਾ ਵਿੱਚ ਡੇਰੇ ਲਾਏ ਹੋਏ ਆ, ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਗੱਡੀਆਂ ਦੀਆਂ, ਪਰ ਆਪਣੇ ਦੇਸ਼ ਨੂੰ ਜਾਮ ਹੁੰਦਾ ਪਿਆ ਇੰਨਾ। ਵਾਹ, ਰੂਲ ਫੋਲੋ ਕਰਦੇ ਆ ਸਾਰੇ ਲੋਕ, ਹਵਾ ਬਹੁਤ ਤੇਜ਼ ਚੱਲਦੀ ਆ। ਬਸ ਵੀ ਇਹ ਕਹਿੰਦੇ ਕੁਦਰਤ ਦੀ ਕਿਰਪਾ ਨਾਲ ਹੀ ਸਭ ਕੁਛ ਹੋ ਰਿਹਾ, ਇਹਨਾਂ ਨਾਲ ਹੀ ਜ਼ਿੰਦਗੀ ਆ, ਦਰਖਤਾਂ ਨਾਲ ਆਪਾਂ ਸਾਹ ਲੈਂਦੇ ਹਾਂ। ਗੱਡੀਆਂ ਦਾ ਬਹੁਤ ਸ਼ੌਕ, ਅੱਗੇ ਚੱਲ ਕੇ ਤੁਹਾਨੂੰ ਮੈਂ ਦਿਖਾਉਂਦੀ ਹਾਂ ਇੱਥੋਂ ਦਾ ਕਰਿਆਨਾ ਸਟੋਰ। ਉਹ ਸਾਹਮਣੇ ਗ੍ਰੀਨ ਲਾਈਟ ਆ ਗਈ, ਹੁਣ ਆਪਾਂ ਸੜਕ ਪਾਰ ਕਰ ਲਈਏ। ਗਰਮੀ ਗੁਰਮੀ ਬਹੁਤੀ ਜ਼ਿਆਦਾ ਨਹੀਂ ਪੈਂਦੀ ਹੈਗੀ ਇੱਥੇ ਅੱਜ, ਹੁਣ ਠੰਡੀ ਠੰਡੀ ਹਵਾ ਚੱਲਦੀ ਹੈ ਬਸ ਥੋੜ੍ਹੀ ਜੀ, ਜਦੋਂ ਸਮਝ ਲਓ ਕਹਿੰਦੇ ਦੋ ਤਿੰਨ ਚਾਰ ਕੁ ਦਿਨ ਮੀਂਹ ਨਾ ਪਵੇ, ਕਹਿਣ ਲੱਗ ਜਾਂਦੇ ਇੰਨੀ ਗਰਮੀ ਇੰਨੀ ਗਰਮੀ, ਠੰਡ ਹੋ ਜਾਂਦੀ ਹੈ। ਆਪਣੇ ਸਿਆਲਾਂ ਜਿੰਨਾ ਤਾਂ ਮੌਸਮ ਇੱਥੇ ਰਹਿੰਦਾ ਹੀ ਰਹਿੰਦਾ ਵਾ, ਕਿਉਂਕਿ ਹਰਿਆਲੀ ਬਹੁਤ ਆ ਨਾ, ਪੇੜ ਪੌਦੇ ਜ਼ਿਆਦਾ ਨੇ ਤਾਂ ਕਰਕੇ ਇੱਥੇ ਗਰਮੀ ਨਹੀਂ ਹੁੰਦੀ ਹੈਗੀ। ਜਿੱਥੇ ਹੁਣ ਪੇੜ ਪੌਦੇ ਕੱਟੀ ਜਾਣੇ ਆ ਕੱਟੀ ਜਾਣੇ ਨੇ, ਫਿਰ
ਉਹ ਸਾਹਮਣੇ ਫਰੂਟੀ ਕਰਨਾ, ਇਹ ਹੈਗਾ ਇੱਥੋਂ ਦਾ ਕਰਿਆਨਾ ਸਟੋਰ। ਫਰੂਟੀ ਕਰਨਾ ਤੇ ਜਿਵੇਂ ਸਬਜ਼ੀਆਂ ਮਿਲ ਜਾਂਦੀਆਂ ਨੇ, ਫਲ ਫਰੂਟ ਮਿਲ ਜਾਂਦੇ ਨੇ, ਭਾਂਡੇ ਠੀਂਡੇ ਵੀ ਮਿਲ ਜਾਂਦੇ ਨੇ, ਛੋਟੇ ਮੋਟੇ ਤਵੇ ਪਰਾਤਾਂ, ਚਕਲੇ ਬੇਲਣੀ ਡੋਂਗੇ ਵਗੈਰਾ ਮਿਲ ਜਾਂਦੇ ਨੇ। ਸਮਾਨ ਵੀ ਉੱਥੇ ਬ੍ਰੇਕਫਾਸਟ ਦਾ ਸਮਾਨ ਵੀ ਮਿਲ ਜਾਂਦਾ ਵਾ। ਅਤੇ ਹੁਣ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਫਿਰ ਇੱਕ ਨਵੇਂ ਬਲੌਗ ਦੇ ਵਿੱਚ, ਕਰਾਉਂਦੇ ਹਾਂ ਸੈਰ ਤੁਹਾਨੂੰ ਕਨੇਡਾ ਦੀ, ਬ੍ਰਿਟਿਸ਼ ਕੋਲੰਬੀਆ। ਰੱਬ ਰੱਖਾ ਸਾਡਾ, ਆਪਣਾ ਆਪਣਾ ਖਿਆਲ ਰੱਖੋ ਜੀ।